ਇਹ ਸੂਰਜ ਦੀ ਊਰਜਾ ਨਾਲ ਚੱਲਣ ਵਾਲਾ ਵਾਲੀ ਗੱਡੀ ਇੱਕ ਬੜਾ ਪੁਰਾਣਾ ਚੀਨੀ ਖਿਡੌਣਾ ਹੈ। ਇਹ ਬਹੁਤ ਮਜ਼ੇਦਾਰ ਖਿਡੌਣਾ ਹੈ। ਤੁਸੀਂ ਇਸ ਹੇਠਾਂ ਚਾਰ ਚੱਕੇ ਵੇਖ ਸਕਦੇ ਹੋ, ਪਰ ਇਹ ਮਹੱਤਵਪੂਰਨ ਨਹੀਂ ਹਨ। ਜ਼ਰੂਰੀ ਚੱਕਾ ਤਾਂ ਵਿਚਕਾਰਲਾ ਹੈ। ਇਹ ਚੱਕਾ ਗੱਡੀ ਨੂੰ ਤਾਕਤ ਹੀ ਦਿੰਦਾ ਹੈ ਅਤੇ ਘੁੰਮਾਉਂਦਾ ਵੀ ਹੈ। ਗੱਡੀ ਨੂੰ ਧੁੱਪ ਵਿੱਚ ਰੱਖੋ। ਇਹ ਸੋਲਰ ਪੈਨਲ ਬਿਜਲੀ ਪੈਦਾ ਕਰਦਾ ਹੈ, ਜਿਹੜੀ ਮੋਟਰ ਨੂੰ ਵਿਚਕਾਰਲੇ ਚੱਕੇ ਨੂੰ ਚਲਾਉਣ ਦੀ ਊਰਜਾ ਦਿੰਦਾ ਹੈ। ਜਦੋਂ ਗੱਡੀ ਦੀਵਾਰ 'ਤੇ ਵੱਜਦੀ ਹੈ ਤਾਂ ਉਹ ਮੁੜ ਜਾਂਦੀ ਹੈ ਅਤੇ ਫਿਰ ਚੱਲਣ ਲੱਗਦੀ ਹੈ। ਜੇ ਤੁਸੀਂ ਆਪਣਾ ਹੱਥ ਗੱਡੀ 'ਤੇ ਰੱਖੋ ਤਾਂ ਧੁੱਪ ਉਸ ਉੱਤੇ ਡਿੱਗਣੀ ਬੰਦ ਹੋ ਜਾਂਦੀ ਹੈ ਅਤੇ ਗੱਡੀ ਰੁਕ ਜਾਂਦੀ ਹੈ। ਇਹ ਇੱਕ ਸਾਫ਼ ਅਤੇ ਬਿਨਾਂ ਪ੍ਰਦੂਸ਼ਣ ਦੀ ਗੱਡੀ ਹੈ।